ਮੋਦੀ ਮੀਡੀਆ ਜਿਹੜੀ ਮੋਦੀ ਮੀਡੀਆ ਨੂੰ ਦੱਸਣਾ ਚਾਹੁੰਦੇ ਹਾਂ ਵੀ ਅੱਜ ਤੁਸੀਂ ਇਹਨੂੰ ਕਵਰ ਕਰਕੇ ਲੈ ਜਾਓ ਚੰਗੀ ਤਰ੍ਹਾਂ ਲੋਕਾਂ ਨੂੰ ਦਿਖਾਓ ਵੀ ਅਨਪੜ੍ਹ ਲੋਕ ਹੈ ਕਿ ਬੀ ਏ ਐੱਮ ਏ ਕੀਤੀਆਂ ਡਿਗਰੀਆਂ ਵਾਲੇ ਰਿਟਾਇਰਮੈਂਟ ਮੁਲਾਜ਼ਮ ਹੈ ਜਿਹੜੇ ਪ੍ਰੋਫੈਸਰ ਤੱਕ ਬਣ ਚੁੱਕੇ ਨੇ ਅਤੇ ਜਨਤਾ ਦੀ ਸੇਵਾ ਕਰ ਚੁੱਕੇ ਨੇ ਦੇ ਵਿੱਚ ਬਹੁਤ ਵੱਡੀ ਵਿਸ਼ਾਲ ਕਨਵੈਨਸ਼ਨ ਹੋ ਰਹੀ ਹੈ ਜੋ ਬੁੱਧੀਜੀਵੀਆਂ ਦੀ ਵਪਾਰੀ ਵਰਗ ਦੀ ਵਕੀਲਾਂ ਦੀ ਕਿਸਾਨਾਂ ਦੀ ਜੋ ਕਿ ਅੱਜ ਸਰਕਾਰ ਕਹਿ ਰਹੀ ਹੈ ਵੀ ਕਿਸਾਨ ਤਾਂ ਅਨਪੜ੍ਹ ਹੈ ਅੱਜ ਉਹਨਾਂ ਨੇ ਇਹ ਦੱਸਣ ਵਾਸਤੇ ਇਹਨਾਂ ਨੇ ਇੱਕ ਬੜੀ ਵਿਸ਼ਾਲ ਕਨਵੈਨਸ਼ਨ ਕੀਤੀ ਹੈ ਵੀ ਕਿਸਾਨ ਅਨਪੜ੍ਹ ਨਹੀਂ ਕਿਸਾਨ ਜਾਗਰੂਕ ਹੈ ਅਤੇ ਜਿਹੜੀ ਸਮੱਸਿਆ ਹੈ ਅੱਜ ਉਹਨੂੰ ਲੈ ਕੇ ਸਾਰੇ ਵਰਗ ਹੈ ਜਿਹੜੇ ਵਕੀਲ ਹੈ ਵਪਾਰੀ ਹੈ ਜਾਂ ਬੁੱਧੀਜੀਵੀ ਹੈ ਸਾਰੇ ਬੱਚਾ ਬੱਚਾ ਜਿਹੜਾ ਉਹ ਕਿਸਾਨਾਂ ਨਾਲ ਖੜ੍ਹਾ ਹੈ ਕਿ ਅੱਜ ਅਸੀਂ ਇਹਨਾਂ ਜਥੇਬੰਦੀਆਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹਨਾਂ ਨੇ ਅੱਜ ਐਡੀ ਜ਼ਮੀਰਤ ਵਾਸਤੇ ਸੱਦ ਕੇ ਇਹਨਾਂ ਨੂੰ ਜਾਗਰੂਕ ਕਰਨ ਵਾਸਤੇ ਬੜੀ ਕਨਵੈਨਸ਼ਨ ਕੀਤੀ ਹਾਂਜੀ ਜਿਵੇਂ ਮਤਲਬ ਵੀ ਸਾਡੇ ਸਾਥੀ ਅੱਜ 43 ਦਿਨ 44 ਦਿਨ ਹੋ ਗਏ ਦਿੱਲੀ ਬੈਠਿਆਂ ਨੂੰ ਇੱਥੇ ਸਾਨੂੰ ਸਰਸੇ ਬੈਠਿਆਂ ਨੂੰ ਅੱਜ ਜੀ 94 ਦਿਨ ਹੋ ਗਏ ਅਤੇ ਜਦੋਂ ਵੀ ਮਤਲਬ ਆਪਣੇ ਕਈ ਬੁਲਾਰੇ ਕਹਿ ਦਿੰਦੇ ਵੀ 3 ਕੁ ਮਹੀਨੇ ਲੜਾਈ ਨੂੰ ਚੱਲੀ ਨਹੀਂ ਹੋ ਗਏ 3 ਮਹੀਨੇ ਨਹੀਂ ਹੋ ਗਏ ਜੀ ਇਹ ਹਰਿਆਣੇ ਦੇ ਅੰਦਰ ਵੀ ਅੱਜ 9 ਤਰੀਕ ਹੈਗੀ 9 ਜਨਵਰੀ ਹੈ ਤਾਂ ਹਰਿਆਣੇ ਦੇ ਅੰਦਰ ਵੀ ਅੱਜ 4 ਮਹੀਨੇ ਹੋ ਗਏ ਕਿਉਂਕਿ 9ਵੇਂ ਮਹੀਨੇ ਦੀ 10 ਤਰੀਕ ਨੂੰ ਪਹਿਲਾਂ ਪ੍ਰੋਗਰਾਮ ਕਿਸਾਨਾਂ ਦਾ ਪੀਪਲੀ ਸੀ ਜੀ ਜਿਹੜਾ ਕਿਸਾਨ ਨੇ ਸਰਕਾਰ ਨੇ ਕਿਸਾਨਾਂ ਨੂੰ ਇਕੱਠੇ ਹੋਣ ਤੋਂ ਬੜਾ ਯਤਨ ਕਰਿਆ ਫਿਰ ਵੀ ਸਾਡੇ ਕਿਸਾਨ ਭਰਾ ਇਕੱਠੇ ਹੋਏ ਜਿਵੇਂ ਕਿ ਗੋਦੀ ਮੀਡੀਆ ਜਾਂ ਮੋਦੀ ਮੀਡੀਆ ਕਹਿ ਦਿੰਦੀ ਹੈ ਵੀ ਇਹ ਵੱਖਵਾਦੀ ਦਿੱਲੀ ਆ ਰਹੇ ਨੇ ਅੱਤਵਾਦੀ ਦਿੱਲੀ ਆ ਰਹੇ ਨੇ ਨਸਲਵਾਦ ਆ ਰਹੇ ਨੇ ਤਾਂ ਚਲੋ ਦਿੱਲੀ ਆ ਰਹੇ ਹੋਣੇ ਅੱਜ ਭਗਤ ਸਿੰਘ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਵਿੱਚ ਆ ਕੇ ਵੇਖਣ ਸਾਡੇ ਨਾਲ ਜਿਹੜੇ ਮਤਲਬ ਮੁਲਾਜ਼ਮ ਲੋਕ ਨੇ ਜਿਵੇਂ ਮਤਲਬ ਅਧਿਆਪਕ ਹੋ ਗਏ ਵਕੀਲ ਹੋ ਗਏ ਜੀ ਜਿਨ੍ਹਾਂ ਨੂੰ ਆਪਾਂ ਟੀਚਰ ਕਹਿ ਦਿੰਦੇ ਹਾਂ ਉਹ ਵੀ ਸਾਡੇ ਨਾਲ ਨੇ ਜੀ ਵਕੀਲ ਨੇ ਡਾਕਟਰ ਨੇ ਅੱਜ ਲੇਖਕ ਨੇ ਲਿਖਾਰੀ ਨੇ ਅਤੇ ਜਿਵੇਂ ਕਿ ਅੱਜ ਸਾਡੇ ਵਿੱਚ ਆਏ ਨੇ ਸ਼ਹੀਦ ਭਗਤ ਸਿੰਘ ਦੇ ਭਾਣਜਾ ਜੀ ਪ੍ਰੋਫੈਸਰ ਜਗਮੋਹਨ ਸਿੰਘ ਜੀ ਅਸੀਂ ਇੱਥੇ ਉਹਨਾਂ ਦੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਗੋਦੀ ਮੀਡੀਆ ਜਿਹੜੀ ਮੋਦੀ ਮੀਡੀਆ ਉਹਨੂੰ ਦੱਸਣਾ ਚਾਹੁੰਦੇ ਹਾਂ ਵੀ ਅੱਜ ਤੁਸੀਂ ਇਹਨੂੰ ਕਵਰ ਕਰਕੇ ਲੈ ਜਾਓ ਚੰਗੀ ਤਰ੍ਹਾਂ ਲੋਕਾਂ ਨੂੰ ਦਿਖਾਓ ਵੀ ਅਨਪੜ੍ਹ ਲੋਕ ਹੈ ਕਿ ਬੀ ਏ ਐੱਮ ਏ ਕੀਤੀਆਂ ਡਿਗਰੀਆਂ ਵਾਲੇ ਰਿਟਾਇਰਮੈਂਟ ਮੁਲਾਜ਼ਮ ਹੈ ਜਿਹੜੇ ਪ੍ਰੋਫੈਸਰ ਤੱਕ ਬਣ ਚੁੱਕੇ ਨੇ ਅਤੇ ਜਨਤਾ ਦੀ ਸੇਵਾ ਕਰ ਚੁੱਕੇ ਨੇ ਇਹ ਕਿਤੇ ਨਾ ਕਿਤੇ ਇਹ ਮੋਦੀ ਮੀਡੀਆ ਨੇ ਜਿਹੜਾ ਕੰਮ ਚਲਾ ਰੱਖਿਆ ਅਤੇ ਮੋਦੀ ਮੀਡੀਆ ਦੇ ਜਿੰਨੇ ਵਰਕਰ ਹੈ ਜਿੰਨੇ ਵੀ ਲੀਡਰ ਨੇ ਉਹਨਾਂ ਦੇ ਕੰਨ ਖੋਲ੍ਹਣ ਵਾਸਤੇ ਅੱਜ ਇਕੱਠੇ ਹੋਏ ਨੇ ਇਹ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਪਤਾ ਲਾ ਦੇਣਗੇ ਜਿਵੇਂ ਕਿ ਪਹਿਲਾਂ ਇਹਨਾਂ ਨੇ ਵੱਖੋ ਵੱਖ ਥਾਈਂ ਅਟੈਕ ਕੀਤਾ ਸੀ ਜਿਵੇਂ ਕਿਤੇ ਇਹਨਾਂ ਨੇ ਯੂਪੀ 'ਚ ਅਟੈਕ ਕਰਤਾ ਕਿਤੇ ਦਿੱਲੀ 'ਚ ਕਰਤਾ ਕਿਤੇ ਜੰਮੂ ਕਸ਼ਮੀਰ 'ਚ ਕਰਤਾ ਇਹਨਾਂ ਨੇ ਹੁਣ ਮੰਨ ਕੇ ਚਲੋ ਕਿਸਾਨੀ 'ਤੇ ਅਟੈਕ ਕੀਤਾ ਅਤੇ ਕਿਸੇ ਨੇ ਹੋਰ ਕਿਸੇ ਵੀ ਕਰਮਚਾਰੀਆਂ ਨੇ ਜਾਂ ਵੱਖਰੋ ਵੱਖਰੇ ਸਟੇਟਾਂ ਨੇ ਸਿਰ ਚੱਕਣ ਦਾ ਕੰਮ ਕੀਤਾ ਤਾਂ ਇਹਨਾਂ ਨੇ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਧਰਮ ਦੇ ਨਾਂ 'ਤੇ ਜਾਂ ਕੋਈ ਮੰਨ ਕੇ ਚੱਲੋ ਵੀ ਜਿਵੇਂ ਕੋਈ ਕਰਮਚਾਰੀਆਂ ਦਾ ਉਹ ਕਹਿੰਦੇ ਸੀ ਵੀ ਇਹਨਾਂ ਦੀਆਂ ਤਨਖਾਹਾਂ ਜ਼ਿਆਦਾ ਹੈ ਜਿਹੜਾ ਕੋਈ ਕਰਮਚਾਰੀ ਕਿਸੇ ਵੀ ਦਾਇਰੇ 'ਚ ਹੈ ਤਾਂ ਉਹ ਸਰਕਾਰ ਨੇ ਜਿਹੜੇ ਰੱਖੇ ਆ ਜਨਤਾ ਦੀ ਸੇਵਾ ਵਾਸਤੇ ਰੱਖੇ ਆ ਸਰਕਾਰ ਜਿਹੜੀ ਅੱਜ ਮੌਕੇ 'ਤੇ ਬਣੀ ਬੈਠੀ ਹੈ ਸਪੈਸ਼ਲ ਉਹਨਾਂ ਵਾਸਤੇ ਨਹੀਂ ਬਣੇ ਇਹ ਤਾਂ 6.5 ਸਾਲਾਂ ਦੇ ਆਏ ਨਾ ਅਤੇ ਜਿਹੜੇ ਸਾਡੇ ਕਰਮਚਾਰੀ ਹੈ ਕਰਮਚਾਰੀ ਤਾਂ ਜਿੱਦੇ ਦਾ ਸਾਡਾ ਦੇਸ਼ ਸਾਜਿਆ ਗਾ ਅੰਗਰੇਜ਼ਾਂ ਤੋਂ ਮੰਨ ਕੇ ਚੱਲ ਯਾਦ ਕਰਾਇਆ ਸੀ ਅਸੀਂ ਉਹਦੇ ਦੇ ਕਰਮਚਾਰੀ ਸਾਡੇ ਦੇਸ਼ ਦੇ ਭਰਤੀ ਹੋਣਗੇ ਨਾ ਕਿ ਬਾਹਰੋਂ ਜਿਵੇਂ ਇਹ ਬਾਹਰਲੀਆਂ ਕੰਪਨੀਆਂ ਨੂੰ ਜਾਂ ਮਤਲਬ ਅੰਬਾਨੀ ਅਡਵਾਨੀ ਨੂੰ ਦੇਸ਼ ਹਵਾਲੇ ਕਰਨਾ ਚਾਹੁੰਦੇ ਆ ਕਿਤੇ ਨਹੀਂ ਹੋਊਗਾ ਸਾਡੀ ਇਹ ਲੜਾਈ ਇਹਨਾਂ ਦੇ ਨਾਲ ਲੰਮੀ ਰਹੂਗੀ ਅਸੀਂ ਪਿੱਛੇ ਨਹੀਂ ਹਟਾਂਗੇ ਅੱਜ ਸਾਡੇ ਨਾਲ ਸਾਨੂੰ ਹੌਸਲਾ ਹੈਗਾ ਵੀ ਜਿਹੜੇ ਬੁੱਧੀਜੀਵ ਲੋਕ ਨੇ ਉਹ ਸਾਰੇ ਇਸ ਸੰਘਰਸ਼ ਦੇ ਵਿੱਚ ਜੁੜ ਚੁੱਕੇ ਨੇ ਇਹਨਾਂ ਨੂੰ ਮੂੰਹ ਤੋੜ ਜਵਾਬ ਮਿਲੂਗਾ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੋਚਣਾ ਪਊਗਾ ਵੇਖਣਾ ਪਊਗਾ ਜਦੋਂ ਕਿਸੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਸਬੇ ਦੇ ਵਿੱਚ ਬਾਹਰ ਨਾ ਆਉਣ ਦਿੱਤਾ ਇਹਨਾਂ ਨੂੰ ਬਹੁਤ ਮੁਸ਼ਕਲ ਹੋ ਜੂਗਾ ਜਿਹੜੀ ਅੱਜ ਸਰਕਾਰ ਇੱਕ ਮਤਲਬ ਇਸ ਗੱਲ 'ਤੇ ਹੋ ਰਹੀ ਹੈਗੀ ਵੀ ਇਹ ਤਾਂ ਅਨਪੜ੍ਹ ਇਕੱਠੇ ਹੋ ਕੇ ਇਹ ਸਰਕਾਰ ਕਾਂਗਰਸ ਦੇ ਭੜਕਾਏ ਹੋਏ ਅਤੇ ਬਗਰਲਾਏ ਹੋਏ ਇੱਥੇ ਇਕੱਠੇ ਹੋ ਰਹੇ ਨੇ ਜੇ ਕਾਂਗਰਸ ਕੋਲ ਇੰਨੀ ਤਾਕਤ ਹੁੰਦੀ ਤਾਂ ਇਹਨਾਂ ਨੂੰ ਰਾਜ ਨਹੀਂ ਕਰਨ ਦੇ ਕਾਂਗਰਸ ਕੀ ਉਹਨਾਂ ਕੋਲ ਤਾਕਤ ਹੈ ਨਹੀਂ ਇਹ ਤਾਕਤ ਆਮ ਜਨਤਾ ਦੀ ਹੋਗੀ ਕਿਸਾਨਾਂ ਦੀ ਹੋਗੀ ਵਪਾਰੀ ਹੈ ਕਰਮਚਾਰੀ ਹੈ ਸਾਰੀ ਤਾਕਤ ਦਿੱਲੀ ਦੇ ਵਿੱਚ ਇਕੱਠੀ ਹੋਈ ਹੈ ਜਿਹੜੀ ਉਹ ਤਾਕਤ ਮਤਲਬ ਵੱਖਰੋ ਵੱਖਰੇ ਦਾਇਰਿਆਂ ਤੋਂ ਕਰਮਚਾਰੀ ਹੈ ਕਿਸੇ ਕਰਮਚਾਰੀ ਪਿੱਛੇ ਨਹੀਂ ਅੱਜ ਹਟ ਰਿਹਾ ਫੌਜ ਨੇ ਤਾਂ ਸ਼ਰੇਆਮ ਕਹਿਤਾ ਜੀ ਵੀ ਅਸੀਂ ਕਿਸਾਨਾਂ ਨਾਲ ਖੜਾਂਗੇ ਅਸੀਂ ਸਰਕਾਰ ਨਾਲ ਨਹੀਂ ਖੜਾਂਗੇ ਹਜੇ ਵੀ ਇਹਨਾਂ ਨੂੰ ਸਮਾਂ ਸਮਝ ਜਾਣ ਤਾਂ ਚੰਗੇ ਰਹਿਣਗੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬਹੁਤ ਅਨਜਾਮ ਔਖਾ ਹੋ ਜੂਗਾ ਜਿਹੜਾ ਚੱਲਣਾ ਪਊਗਾ ਦੇਸ਼ ਦਾ ਇਹ ਲੜਾਈ ਇਕੱਲੀ ਕਿਸਾਨ ਦੀ ਨਹੀਂ ਰਹੇਗੀ ਹਰ ਜਨ ਜਨ ਦੀ ਲੜਾਈ ਬਣ ਗਈ ਜੀ ਤਾਂ ਕਰਕੇ ਅਸੀਂ ਤਾਂ ਅਪੀਲ ਕਰਾਂਗੇ ਮੋਦੀ ਸਰਕਾਰ ਨੂੰ ਅਤੇ ਇੱਥੇ ਆਪਣੇ ਜਿਵੇਂ ਹਰਿਆਣੇ ਦੇ ਅੰਦਰ ਹੈ ਖੱਟਰ ਸਰਕਾਰ ਹੈ ਦਸੰਤ ਜਟਲ ਹੈ ਹਜੇ ਵੀ ਸੁਧਰ ਜਾਣ ਜੇ ਇਹਨਾਂ ਨੇ ਆਪਦੀਆਂ ਇੱਜ਼ਤਾਂ ਬਚਾਉਣੀਆਂ ਨਹੀਂ ਇਹਨਾਂ ਦੀ ਇੱਜ਼ਤਾਂ ਦੀ ਬਰਬਾਦੀ ਐਡੀ ਹੋਊਗੀ ਜਿਵੇਂ ਕਿ ਕਿਤੇ ਨਾ ਕਿਤੇ ਸਾਡੇ ਮਤਲਬ ਵੀ ਔਰਤਾਂ ਦੀ ਇਹਨਾਂ ਨੇ ਬਲਾਤਕਾਰ ਕਰੇ ਬੀ ਜੇ ਪੀ ਵਾਲਿਆਂ ਨੇ ਉਹ ਇਹਨਾਂ ਨੂੰ ਭੁਗਤਣਾ ਪਊਗਾ ਇਹਨਾਂ ਨੂੰ ਖੁਦ ਇਹਨਾਂ ਦੇ ਨਾਲ ਉਹ ਹੋਣਗੀਆਂ ਗੱਲਾਂ ਜਿਹੜੀਆਂ ਨਾ ਹੋਣਗੀਆਂ।